ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹਿ ਨਿਰਗੁਣ ਕੇ ਦਾ ਤਾਰੇ, ਬਹਿ ਖਰੀਦ ਕਿਆ ਕਰੇ ਚਤੁਰਾਈ, ਇਹ ਜੀਓ ਪਿੰਡ ਸਭ ਥਾਰੇ, ਲਾਲ ਰੰਗੀਲੇ ਪ੍ਰੀਤਮ ਮਨਮੋਹਨ, ਤੇਰੇ ਦਰਸ਼ਨ ਕਹੋ ਹਮ ਬਾਰੇ। ਸਾਡੇ ਲਾਲ ਰੰਗੀਲੇ ਪ੍ਰੀਤਮ ਕਲਗੀਧਰ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਉਹਨਾਂ ਦੀ ਕਿਰਪਾ ਸਦਕਾ ਜੋ ਦਰਸ਼ਨ ਹੋ ਰਹੇ ਆ। ਇਹ ਅਸਥਾਨ ਹੈ ਜੀ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ, ਜਿਨ੍ਹਾਂ ਨੂੰ ਅਸੀਂ ਮਾਤਾ ਸਾਹਿਬ ਕੌਰ ਜੀ ਦੇ ਨਾਮ ਨਾਲ ਜਾਣਦੇ ਹਾਂ। ਸਾਡੇ ਮਾਤਾ ਜੀ ਖਾਲਸੇ ਦੇ ਮਾਤਾ ਜੀ, ਖਾਲਸੇ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ, ਜਦੋਂ ਦਿੱਲੀ ਤੋਂ ਗੁਰੂ ਸਾਹਿਬ ਇੱਧਰ ਨੂੰ ਚੱਲੇ ਹਨ ਤਾਂ ਮਾਤਾ ਸਾਹਿਬ ਕੌਰ ਜੀ ਨਾਲ ਆਏ ਹਨ, ਉੱਥੇ ਰਹਿੰਦੇ ਹਨ ਨੰਦੇੜ ਸਾਹਿਬ, ਅਤੇ ਇੱਧਰ ਨੂੰ ਜੋ ਚੱਲਦੇ ਹਨ ਤਾਂ ਇੱਥੇ ਕੁਛ ਦਿਨ ਵਾਸਤੇ ਗੁਰੂ ਸਾਹਿਬ ਨੇ ਡੇਰੇ ਲਾਏ ਹੀਰਾ ਘਾਟ ਸਾਹਿਬ ਵਾਲਾ ਸਥਾਨ। ਉਹ ਇੱਥੋਂ ਤਕਰੀਬਨ 500 ਮੀਟਰ ਦੂਰ ਹੈ, ਪਹਿਲਾਂ ਉਹਦੀ ਹੀ ਗੱਲ ਕਰ ਲੈਂਦੇ। ਮਹਾਰਾਜ ਦਾ ਉੱਥੇ ਸਥਾਨ ਹੈ, ਡੇਰਾ ਹੈ, ਦੀਵਾਨ ਸੱਜਦਾ ਹੈ। ਇੱਕ ਦਿਨ ਬਹਾਦਰ ਸ਼ਾਹ ਆਉਂਦਾ ਹੈ, ਗੁਰੂ ਸਾਹਿਬ ਨੂੰ ਇੱਕ ਹੀਰਾ ਭੇਂਟ ਕਰਦਾ ਹੈ। ਗੁਰੂ ਸਾਹਿਬ ਉਹ ਹੀਰਾ ਜਿਹੜਾ ਵਾ ਆਹ ਗੋਦਾਵਰੀ ਨਦੀ ਪਿੱਛੇ ਵੇਖੋ ਅਜੇ ਵੀ ਕਿੰਨਾ ਨਿਰਮਲ ਅਤੇ ਕਿੰਨਾ ਜ਼ਿਆਦਾ ਜਲ ਜਿਹੜਾ ਇਹਦੇ ਵਿੱਚ ਕਿੰਨੀ ਇਹਦੇ ਉੱਤੇ ਹਰੀ ਭਰੀ ਹੈ, ਇਸ ਵੇਲੇ ਵੀ ਦਿਖਾਈ ਦਿੰਦਾ ਕਿੱਕਰਾਂ ਦਾ ਕੰਡਾ। ਇੱਥੇ ਗੁਰੂ ਸਾਹਿਬ ਜਿਹੜਾ ਵਾ ਉਹ ਹੀਰਾ ਪਾਣੀ ਦੇ ਵਿੱਚ ਸੁੱਟ ਦਿੰਦੇ ਹਨ। ਉਹਦੇ ਪਿੱਛੇ ਇੱਕ ਕਾਰਨ ਸੀਗਾ ਬਹਾਦਰ ਸ਼ਾਹ ਦਾ ਹੰਕਾਰ ਤੋੜਨਾ, ਅਤੇ ਦੂਜਾ ਇੱਕ ਕਾਰਨ ਹੋਰ ਸੀਗਾ ਜਿਹੜਾ ਉਹ ਇਹ ਸੀਗਾ ਕਿ ਬਹਾਦਰ ਸ਼ਾਹ ਨੂੰ ਰਾਜ ਵੀ ਗੁਰੂ ਸਾਹਿਬ ਦੇ ਹੁਕਮ ਨਾਲ ਮਿਲਿਆ ਸੀਗਾ। ਜਦੋਂ ਔਰੰਗਜ਼ੇਬ ਮਰ ਗਿਆ ਸੀਗਾ ਤਾਂ ਗੁਰੂ ਸਾਹਿਬ ਨੇ ਆਪਣਾ ਖਾਲਸਾ ਭੇਜਿਆ ਸੀ ਬਹਾਦਰ ਸ਼ਾਹ ਦੀ ਮਦਦ ਵਿੱਚ, ਉਹਨੂੰ ਰਾਜ ਦੇਣ ਵਿੱਚ। ਉਦੋਂ ਬਹਾਦਰ ਸ਼ਾਹ ਨੇ ਮਦਦ ਵਾਅਦਾ ਕੀਤਾ ਸੀਗਾ ਕਿ ਮੈਂ ਰਾਜਾ ਬਣ ਕੇ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਉੱਤੇ ਤਸ਼ੱਦਦ ਕੀਤਾ, ਉਹਨਾਂ ਨੂੰ ਸਜ਼ਾਵਾਂ ਦੇਵਾਂਗਾ, ਤੁਹਾਡੇ ਹਵਾਲੇ ਕਰਾਂਗਾ। ਪਰ ਉਹ ਦਿੱਲੀ ਤੋਂ ਵੀ ਮੁਕਰਦਾ ਰਿਹਾ, ਗੁਰੂ ਸਾਹਿਬ ਨੂੰ ਕਹਿੰਦਾ ਥੋੜ੍ਹਾ ਸਮਾਂ ਦਿਓ, ਨਾਲ ਦੱਖਣ ਦੇਸ਼ ਚੱਲੋ। ਇੱਥੇ ਆਣ ਕੇ ਵੀ ਟਾਲ ਮਟੋਲਾ ਕਰਦਾ ਰਿਹਾ, ਇਹੋ ਜਿਹਾ ਬੰਦਾ ਫਿਰ ਗੁਰੂ ਸਾਹਿਬ ਨੂੰ ਕਿੱਦਾਂ ਭਾ ਸਕਦਾ। ਗੁਰੂ ਸਾਹਿਬ ਹੀਰਾ ਨਦੀ 'ਚ ਸੁੱਟਦੇ ਹਨ ਤਾਂ ਜਿਹੜਾ ਬਹਾਦਰ ਸ਼ਾਹ ਵਾ ਉਹਨੇ ਮਨ 'ਚ ਸੋਚਿਆ ਗੁਰੂ ਸਾਹਿਬ ਨੇ ਹੀਰੇ ਦੀ ਕਦਰ ਨਹੀਂ ਜਾਣੀ, ਤਾਂ ਗੁਰੂ ਸਾਹਿਬ ਨੇ ਕਿਹਾ ਜਰਾ ਨੀਂਹ ਜਲਾ ਕੇ ਦੇਖ। ਗੋਦਾਵਰੀ ਦੇ ਵਿੱਚ ਹੀਰੇ ਹੀ ਹੀਰੇ ਭਰੇ ਦਿਖਾਈ ਦਿੱਤੇ, ਸ਼ਰਮਿੰਦਾ ਹੋਇਆ, ਗੁਰੂ ਸਾਹਿਬ ਦੇ ਚਰਨੀ ਪਿਆ। ਪਰ ਯਾਦ ਰੱਖਿਓ, ਜਿਹੜੇ ਅੰਦਰੋਂ ਝੂਠੇ ਆ ਉਹ ਬਾਹਰੋਂ ਵੀ ਝੂਠੇ ਹੁੰਦੇ ਆ। ਉਹ ਜੇ ਇਹੋ ਜਿਹੇ ਬੰਦੇ ਆਣ ਕੇ ਚਰਨ ਫੜਦੇ ਹੋਏ ਵੀ ਝੂਠੇ ਹੁੰਦੇ ਆ। ਇਤਿਹਾਸ ਦੇ ਵਿੱਚ ਅਜਿਹੀਆਂ ਹਜ਼ਾਰਾਂ ਸਾਖੀਆਂ ਮਿਲ ਜਾਂਦੀਆਂ ਹਨ। ਬਾਣੀ ਕਹਿੰਦੀ ਹੈ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅਠਸਰ ਤੀਰਥ ਜੇ ਨਹਾਵੈ ਉਤਰੇ ਨਾਹੀ ਮੈਲ, ਜਿਨ ਪਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ। ਰਹੋ ਵਿਚਾਰ, ਹੀਰਾ ਘਾਟ ਸਾਹਿਬ ਦਾ ਅਸਥਾਨ ਦਾ ਇਤਿਹਾਸ ਉੱਥੇ ਹੈ। ਉੱਥੋਂ 500 ਕੁ ਮੀਟਰ ਦੂਰ ਇਹ ਮਾਤਾ ਸਾਹਿਬ ਕੌਰ ਜੀ ਦੇ ਨਾਮ 'ਤੇ ਅਸਥਾਨ ਹੈ। ਉੱਥੇ ਹੀਰਾ ਘਾਟ ਸਾਹਿਬ ਜਦੋਂ ਡੇਰਾ ਹੈ, ਗੁਰੂ ਸਾਹਿਬ ਉੱਥੋਂ ਸ਼ਿਕਾਰ ਲਈ ਚੜ੍ਹਦੇ ਹਨ, ਸ਼ਿਕਾਰ ਕਰਨਾ ਹੈ। ਇਸ ਥਾਂ 'ਤੇ ਆ ਕੇ ਅੱਗੇ ਜੰਗਲ ਘਣਾ ਹੈ, ਹੁਣ ਵੀ ਜੇ ਦੇਖੀਏ ਤਾਂ ਬਹੁਤ ਹੀ ਸੰਘਣੀਆਂ ਕਿੱਕਰਾਂ ਦੇ ਦਰਖਤ ਹਨ, ਅੱਗੇ ਜਾਣਾ ਬਿਖਮ ਪੈਂਦਾ ਹੈ। ਤਾਂ ਗੁਰੂ ਸਾਹਿਬ ਮਾਤਾ ਜੀ ਨੂੰ ਕਹਿੰਦੇ ਤੁਸੀਂ ਇੱਥੇ ਆਰਾਮ ਕਰੋ, ਅਸੀਂ ਅੱਗੇ ਜਾ ਕੇ ਆਉਂਦੇ ਹਾਂ। ਮਾਤਾ ਜੀ ਇੱਥੇ ਸੱਜ ਗਏ ਆ, ਗੁਰੂ ਸਾਹਿਬ ਇੱਥੋਂ ਸ਼ਿਕਾਰ ਘਾਟ ਵਾਲੇ ਸਥਾਨ 'ਤੇ ਸ਼ਿਕਾਰ ਖੇਡ ਕੇ ਆਉਂਦੇ ਹਨ। ਉਹ ਸਾਖੀ ਆਪ ਜੀ ਦੇ ਨਾਲ ਕੱਲ੍ਹ ਨੂੰ ਸਾਂਝ ਪਾਈ ਜਾਏਗੀ। ਅੱਜ ਗੁਰੂ ਸਾਹਿਬ ਜਦੋਂ ਵਾਪਸ ਆਉਂਦੇ ਹਨ ਤਾਂ ਮਾਤਾ ਜੀ ਉਸ ਵੇਲੇ ਬਿਲਕੁਲ ਨਿਸ਼ਚਿੰਤ ਅਡੋਲ ਅਵਸਥਾ ਦੇ ਵਿੱਚ ਸਿਮਰਨ ਬੰਦਗੀ ਦੇ ਵਿੱਚ ਬੈਠੇ ਹਨ।
ਬਹੁਤ ਹੀ ਰਮਣੀਕ ਸਥਾਨ ਗੋਦਾਵਰੀ ਦਾ ਨਦੀ ਦਾ ਕਿਨਾਰਾ ਜਾਣ ਕੇ ਮਾਤਾ ਜੀ ਕਹਿੰਦੇ ਸਾਨੂੰ ਬਹੁਤ ਥਾਂ ਪਸੰਦ ਆਇਆ, ਅਸੀਂ ਇੱਥੇ ਟਿਕਣਾ ਚਾਹਵਾਂਗੇ। ਗੁਰੂ ਸਾਹਿਬ ਨੇ ਕਿਹਾ ਤੁਸੀਂ ਇੱਥੇ ਹੀ ਟਿਕੋ, ਅਸੀਂ ਰੋਜ਼ ਤੁਹਾਡੇ ਕੋਲ ਪ੍ਰਸ਼ਾਦਾ ਛਕਣ ਵਾਸਤੇ ਹੀਰਾ ਘਾਟ ਤੋਂ ਆਇਆ ਕਰਾਂਗੇ, ਜਿਹੜਾ ਬਹੁਤ ਜ਼ਿਆਦਾ ਦੂਰ ਨਹੀਂ ਹੈ। ਸੋ ਜਿੰਨਾ ਚਿਰ ਵੀ ਗੁਰੂ ਸਾਹਿਬ ਇੱਥੇ ਰਹੇ, ਉਸ ਤੋਂ ਬਾਅਦ 'ਚ ਮਾਤਾ ਜੀ ਇੱਥੇ ਰਹੇ, ਗੁਰੂ ਸਾਹਿਬ ਉੱਥੋਂ ਆਉਂਦੇ ਹਨ, ਪ੍ਰਸ਼ਾਦਾ ਛਕ ਕੇ ਫਿਰ ਉੱਥੇ ਜਾਂਦੇ ਹਨ, ਦੀਵਾਨ ਸਜਾਉਂਦੇ ਹਨ। ਸਮਾਂ ਨਿਕਲਿਆ, ਯਾਦ ਰੱਖਣਾ ਜ਼ਰੂਰੀ ਹੈ ਕਿ ਮਾਤਾ ਸਾਹਿਬ ਕੌਰ ਜੀ ਦਾ ਜਿਹੜਾ ਪ੍ਰਕਾਸ਼ ਹੈ, ਇਹ ਰੋਹਤਾਸ ਦਾ ਕਿਲ੍ਹਾ ਜਿਹੜਾ ਇਸ ਵੇਲੇ ਜੇਹਲਮ ਜ਼ਿਲ੍ਹਾ ਪਾਕਿਸਤਾਨ ਦੇ ਵਿੱਚ ਹੋਇਆ, ਉੱਥੇ ਉਹਨਾਂ ਦਾ ਪ੍ਰਕਾਸ਼ ਸਥਾਨ ਹੈ। ਖਾਲਸੇ ਦੀ ਮਾਤਾ ਬਣਦੇ ਹਨ ਜਦੋਂ ਅੰਮ੍ਰਿਤ ਛਕਾਇਆ ਜਾਂਦਾ, ਖਾਲਸਾ ਉਹਨਾਂ ਦੀ ਝੋਲੀ ਪੈਂਦਾ ਹੈ, ਔਰ ਉਸ ਤੋਂ ਬਾਅਦ 'ਚ ਇਹ ਲੰਬੀ ਯਾਤਰਾ ਜਿਹੜਾ ਇੱਥੇ ਹੈ। ਜਦੋਂ ਦਸਵੇਂ ਪਾਤਸ਼ਾਹ ਆਪਣਾ ਅਖੀਰਲਾ ਸਮਾਂ ਨੇੜੇ ਆਇਆ ਜਾਣ ਕੇ, ਅਤੇ ਮਾਤਾ ਜੀ ਨੂੰ ਕਹਿੰਦੇ ਹਨ ਹੁਣ ਤੁਸੀਂ ਵਾਪਸ ਦਿੱਲੀ ਚਲੇ ਜਾਓ, ਤਾਂ ਮਾਤਾ ਜੀ ਕੁਦਰਤੀ ਸੀ ਉਦਾਸ ਹੋਏ। ਮਾਤਾ ਜੀ ਨੇ ਬੇਨਤੀ ਕੀਤੀ, ਤੁਹਾਡੇ ਦਰਸ਼ਨ ਕਰਨ ਤੋਂ ਬਿਨਾਂ ਤਾਂ ਅਸੀਂ ਪ੍ਰਸ਼ਾਦਾ ਨਹੀਂ ਛਕਦੇ, ਅਤੇ ਅਸੀਂ ਕਿੱਦਾਂ ਤੁਹਾਡੇ ਦਰਸ਼ਨ ਕਰਿਆ ਕਰਾਂਗੇ। ਉਸ ਵੇਲੇ ਗੁਰੂ ਸਾਹਿਬ ਨੇ ਆਪਣੇ 5 ਸ਼ਸਤਰ ਦੇ ਕੇ ਮਾਤਾ ਜੀ ਨੂੰ ਕਿਹਾ, ਜੋ ਸਵੇਰੇ ਨਿਤਨੇਮ ਕਰਕੇ ਸ਼ਸਤਰਾਂ ਦਾ ਦਰਸ਼ਨ ਕਰਿਆ ਕਰੋਗੇ, ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ। ਇੱਦਾਂ ਉਹਨਾਂ ਨੂੰ ਇੱਥੋਂ ਇਹ ਵਰ ਦੇ ਲਈਏ ਕਹਿ ਲਈਏ, ਅਸੀਸਾਂ ਕਹਿ ਲਈਏ, ਗੁਰੂ ਸਾਹਿਬ ਦਾ ਪਿਆਰ ਕਹਿ ਲਈਏ, ਗੁਰੂ ਸਾਹਿਬ ਇੱਥੋਂ ਉਹਨਾਂ ਨੂੰ ਵਾਪਸ ਦਿੱਲੀ ਨੂੰ ਤੋਰਦੇ ਹਨ। ਮਾਤਾ ਜੀ ਇੱਥੋਂ ਦਿੱਲੀ ਜਾ ਕੇ ਦਿੱਲੀ ਹੀ ਰਹੇ ਹਨ, ਅਤੇ ਦਿੱਲੀ ਹੀ ਉਹ ਫਿਰ ਸਮਾਉਂਦੇ ਹਨ, ਅਤੇ ਉਹਨਾਂ ਦਾ ਜਿਹੜਾ ਅੰਗੀਠਾ ਸਾਹਿਬ ਹੈ ਉਹ ਗੁਰਦੁਆਰਾ ਬਾਲਾ ਸਾਹਿਬ ਜਿਹੜਾ ਹੈ ਉੱਥੇ ਹੈ। ਇੱਥੇ ਦਰਸ਼ਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਅੰਦਰ ਮਾਤਾ ਜੀ ਦੀ ਇੱਕ ਚੱਕੀ ਯਾਦਗਾਰ ਪਈ ਹੈ, ਜਿਸ ਦੇ ਨਾਲ ਉਹ ਆਟਾ ਪੀਂਦੇ ਸੀ ਅਤੇ ਗੁਰੂ ਸਾਹਿਬ ਛਕਦੇ ਹਨ। ਇਸ ਸਥਾਨ 'ਤੇ ਗੁਰੂ ਸਾਹਿਬ ਆ ਕੇ ਵਿਸ਼ਰਾਮ ਵੀ ਕਰਦੇ ਹਨ। ਗੋਦਾਵਰੀ ਦਾ ਕੰਡਾ ਹੈ, ਇੰਨਾ ਵੇਖੋ ਰਮਣੀਕ ਸਥਾਨ ਹੈ, ਅੱਜ ਵੀ ਇੱਥੇ ਖਲੋਤੇ ਹਾਂ, ਜਦੋਂ ਕਿ ਹੁਣ ਬਿਲਡਿੰਗਾਂ ਬਣ ਗਈਆਂ ਵਾਂ, ਇਹ ਕੁਦਰਤ ਨਾਲ ਥੋੜ੍ਹੀ ਜਿਹੀ ਗੈਰ ਕੁਦਰਤੀ ਭਾਵੇਂ ਚੀਜ਼ਾਂ ਹਨ, ਅਤੇ ਜਦੋਂ ਇੱਥੇ ਬਿਲਕੁਲ ਹੀ ਕੁਦਰਤ ਜੰਗਲ ਪਸ਼ੂ ਪੰਛੀ ਚਹਿਚਕਾਉਂਦੇ, ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੇ ਨਾਲ ਲਾਡਲੇ ਲਾਡਲੇ ਸਿੱਖ ਹੋਣਗੇ, ਉਦੋਂ ਦਾ ਨਜ਼ਾਰਾ ਜਿਹੜਾ ਵਾ ਉਹ ਬਿਆਨ ਕਰਨ ਤੋਂ ਬਾਹਰਾ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ 'ਤੇ, ਇੱਥੇ ਦੇ ਦਰਸ਼ਨ ਕਰਾਏ, ਤੁਹਾਡੇ ਨਾਲ ਜਿੰਨਾ ਕੁ ਇਤਿਹਾਸ ਆ ਬਹੁਤ ਬਰੀਫਲੀ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਆਪ ਜੀ ਨੇ ਸੇਵਾ ਪ੍ਰਵਾਨ ਕਰਨੀ, ਵੀਡੀਓ ਸ਼ੇਅਰ ਜ਼ਰੂਰ ਕਰਨੀ, ਪੇਜ ਨਿਸ਼ਾਨ ਸਿੰਘ ਆਸਟ੍ਰੇਲੀਆ ਲਾਈਕ ਸ਼ੇਅਰ ਜ਼ਰੂਰ ਕਰੋ, ਫੇਸਬੁੱਕ ਯੂਟਿਊਬ 'ਤੇ, ਹੋਰ ਵੀਡੀਓਜ਼ ਦੇਖਣ ਵਾਸਤੇ ਯੂਟਿਊਬ 'ਤੇ ਜਾ ਕੇ ਦੇਖ ਸਕਦੇ ਹੋ, ਅਤੇ ਆਪ ਜੀ ਨੂੰ ਤਾਂ ਜੋ ਸੰਗਤ ਨੂੰ ਹੋਰ ਨਵੀਆਂ ਜੋ ਵੀਡੀਓਸ ਹਨ ਉਹਨਾਂ ਨਾਲ ਸਾਂਝ ਪੈਂਦੀ ਰਹੇ, ਤੁਸੀਂ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਵੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।